हेलो गाइस, दिस इज अग्रास। वेलकम टू माय यूट्यूब चैनल इंग्लिश इंग्लिश। आजकल मैं बहुत ज्यादा सिंपल वीडियो बना रहा हाँ, क्योंकि मैं चाहता हाँ कि जो व्यक्ति बिल्कुल भी इंग्लिश नहीं बोल पाउंदा वो भी इंग्लिश बोल सके ते सीख सके। ते आज असी वो सेंटेंस ते वर्ड सीखांगे जिन्हां नूं असी डेली रूटीन विच बोलदे हां, मींस हर रोज बोलदे हां। चलो शुरू करदे हां, लेट्स बिगिन। फर्स्ट सेंटेंस है लॉन्ग टाइम नो सी। लॉन्ग टाइम नो सी ते ए आपां उदों बोलदे आ किसे नूं जदों किसे नूं कहना होए कि बड़ा टाइम हो गया तुसीं कदी मिले नहीं, या फिर बड़ा टाइम हो गया तुहानूं देखिया नूं, तां तुसीं कह सकदे जी लॉन्ग टाइम नो सी। किवें बोलांगे? लॉन्ग टाइम नो सी। ते स्क्रीन दे उपर तुहाडे लिखिया आ रिहा, तुसीं इहदे विच पढ़ के वी इस नूं बोल सकदे जी, क्योंकि इसनूं बोलना बहुत ज्यादा जरूरी है। जो भी तुहानूं किते लगे कोई तुहाडा फ्रेंड मिलता है या फैमिली मेंबर्स रिलेटिव्स मिल जांदे ने तुहानूं, तो तुसीं उहनां नूं कहिंदे जे कि बड़ा टाइम हो गया है, मतलब मिले नहीं है, देखिया नहीं तुहानूं, तो तुसीं कह सकदे जे लॉन्ग टाइम नो सी। या फिर कई बार किसी नूं बोल दिंदे आ कि तुसीं तां ईद दा चंद ही हो गए हो, मीन बहुत टाइम हो गया है तुहानूं मिलिया नूं या फिर तुहानूं देखिया नूं, तो तुसीं बोल सकदे जे लॉन्ग टाइम नो सी, बड़ा टाइम हो गया है तुसीं कदी मिले नहीं या फिर तुहानूं देखिया नहीं। ते नेक्स्ट है नाइस टू मीट यू। की बोलांगे आपां? नाइस टू मीट यू। नाइस टू मीट यू आपां उदों बोलदे हां जदों किसे नूं कहना होए तुहानूं मिल के बड़ा वधिया लगा, मीन्स तुहानूं मिल के खुशी होई, जदों बोलना होए तुसीं बोल दिंदे जे नाइस टू मीट यू। ते कई वारी की हो जांदा है कि कोई व्यक्ति तुहानूं अगों आण के कह दिंदा है, ਜਿਵੇਂ ਉਹ ਤੁਹਾਨੂੰ ਕਹਿ ਦਿੰਦਾ ਹੈ ਨਾਈਸ ਟੂ ਮੀਟ ਯੂ, ਤੇ ਤੁਸੀਂ ਫਿਰ ਅੱਗੋਂ ਆਨਸਰ ਦੇਣਾ ਹੋਏ ਤਾਂ ਤੁਸੀਂ ਕਹਿ ਦਿੰਦੇ ਜੇ ਸੇਮ ਹੇਅਰ, ਮੀਨਸ ਜੇ ਤੁਹਾਨੂੰ ਮੇਰੇ ਨਾਲ ਮਿਲ ਕੇ ਖੁਸ਼ੀ ਹੋਈ ਹੈ ਤਾਂ ਮੈਨੂੰ ਵੀ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ ਹੈ, ਤਾਂ ਤੁਸੀਂ ਕਹਿ ਦਿੰਦੇ ਜੇ ਆਨਸਰ ਵਿੱਚ ਸੇਮ ਹੇਅਰ। ਲੇਕਿਨ ਤੁਸੀਂ ਕਿਸੇ ਵਿਅਕਤੀ ਨੂੰ ਕਹਿਣਾ ਹੋਏ ਤੁਹਾਨੂੰ ਮਿਲ ਕੇ ਬੜਾ ਵਧੀਆ ਲੱਗਾ, ਤਾਂ ਤੁਸੀਂ ਕਹਿ ਦਿੰਦੇ ਜੇ ਨਾਈਸ ਟੂ ਮੀਟ ਯੂ। ਤਾਂ ਅੱਜ ਦੇ ਬਾਅਦ ਵਿੱਚ ਇਸ ਨੂੰ ਯੂਜ਼ ਕਰਕੇ ਦੇਖਣਾ ਹੈ ਕਿ ਕਿਸੇ ਵਿਅਕਤੀ ਨੂੰ ਜਦੋਂ ਮਿਲੋ ਤਾਂ ਉਸਨੂੰ ਬੋਲਣਾ ਹੋਵੇ ਤੁਹਾਨੂੰ ਮਿਲ ਕੇ ਚੰਗਾ ਲੱਗਾ ਜਾਂ ਫਿਰ ਤੁਹਾਨੂੰ ਮਿਲ ਕੇ ਵਧੀਆ ਲੱਗਾ, ਤਾਂ ਤੁਸੀਂ ਕਹਿ ਦੇਣਾ ਹੈ ਨਾਈਸ ਟੂ ਮੀਟ ਯੂ। ਕੀ ਬੋਲ ਦੇਣਾ ਹੈ? ਨਾਈਸ ਟੂ ਮੀਟ ਯੂ। ਤੇ ਨੈਕਸਟ ਹੈ ਸੀ ਯੂ ਲੇਟਰ, ਮੀਨਸ ਜਦੋਂ ਆਪਾਂ ਆਪਣੇ ਫਰੈਂਡਸ ਨੂੰ ਮਿਲਦੇ ਹਾਂ ਤੇ ਮਤਲਬ ਸਾਡੀ ਪੂਰੀ ਪਾਰਟੀ ਖਤਮ ਹੋ ਜਾਂਦੀ ਹੈ ਜਾਂ ਫਿਰ ਉਹ ਸਾਰੀ ਜੋ ਵੀ ਮੁਲਾਕਾਤ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਤੇ ਬਾਅਦ ਵਿੱਚ ਜਦੋਂ ਉਹ ਆਪਣੇ ਘਰ ਨੂੰ ਜਾਣ ਲੱਗਦੇ ਨੇ, ਆਪਾਂ ਆਪਣੇ ਘਰ ਵੱਲ ਨੂੰ ਜਾਣ ਲੱਗਦੇ ਹਾਂ, ਤਾਂ ਬਾਅਦ ਵਿੱਚ ਜਦੋਂ ਮਿਲਦੇ ਹਾਂ ਤਾਂ ਉਦੋਂ ਆਪਾਂ ਕਹਿ ਦਿੰਦੇ ਹਾਂ ਸੀ ਯੂ ਲੇਟਰ। ਸੀ ਯੂ ਲੇਟਰ, ਸੀ ਯੂ ਲੇਟਰ ਹੁੰਦਾ ਹੈ ਬਾਅਦ ਵਿੱਚ ਮਿਲਦੇ ਹਾਂ, ਮੀਨਸ ਬਾਅਦ ਵਿੱਚ ਮਿਲਦੇ ਹਾਂ। ਤੇ ਜਦੋਂ ਤੁਸੀਂ ਇਹ ਕਹਿਣਾ ਹੋਏ ਚਲੋ ਬਾਅਦ ਚ ਮਿਲਦੇ ਹਾਂ, ਚਲੋ ਹੁਣ ਚੱਲਦੇ ਹਾਂ, ਚਲੋ ਬਾਅਦ ਚ ਮਿਲਾਂਗੇ, ਤਾਂ ਤੁਸੀਂ ਬੋਲ ਦਿੰਦੇ ਜੇ ਸੀ ਯੂ ਲੇਟਰ। ਕੀ ਬੋਲਾਂਗੇ? ਸੀ ਯੂ ਲੇਟਰ। ਜਾਂ ਫਿਰ ਤੁਸੀਂ ਕਾਲਜ ਵਿੱਚ ਗਏ ਹੋ ਤਾਂ ਤੁਹਾਡਾ ਫਰੈਂਡ ਵੀ ਤੁਹਾਨੂੰ ਮਿਲਿਆ ਹੈ, ਲੇਕਿਨ ਅਚਾਨਕ ਤੁਹਾਡੇ ਲੈਕਚਰ ਦਾ ਟਾਈਮ ਹੋ ਜਾਂਦਾ ਹੈ, ਤਾਂ ਤੁਸੀਂ ਉਹਨੂੰ ਬੋਲਦੇ ਚਲੋ ਠੀਕ ਹੈ ਬਾਅਦ ਚ ਮਿਲਦੇ ਹਾਂ, ਫਿਰ ਤੁਸੀਂ ਬੋਲ ਦੋਗੇ ਸੀ ਯੂ ਲੇਟਰ। ਜਾਂ ਫਿਰ ਬੋਲਦੇ ਕੈਚ ਯੂ ਲੇਟਰ, ਤੇ ਦੋਨੋਂ ਸੇਮ ਹੀ ਹੁੰਦੇ ਨੇ। ਜੇ ਤੁਸੀਂ ਵਧੀਆ ਤਰੀਕੇ ਨਾਲ ਬੋਲਣਾ ਹੋਏ ਤੁਸੀਂ ਕਹਿ ਦਿੰਦੇ ਜੇ ਸੀ ਯੂ ਲੇਟਰ, ਜਾਂ ਫਿਰ ਅਗਰ ਤੁਸੀਂ ਇਹ ਤੋਂ ਲੇਟੈਸਟ ਤਰੀਕੇ ਨਾਲ ਬੋਲਣਾ ਹੋਏ ਮੀਨਸ ਕਿ ਸਟਾਈਲਿਸ਼, ਤਾਂ ਤੁਸੀਂ ਬੋਲ ਦਿੰਦੇ ਜੇ ਕੈਚ ਯੂ ਲੇਟਰ। ਕੀ ਬੋਲਾਂਗੇ? ਕੈਚ ਯੂ ਲੇਟਰ। ਤੇ ਇਹ ਦੋਨੋਂ ਸੇਮ ਹੀ ਨੇ, ਜਿਵੇਂ ਵੀ ਤੁਸੀਂ ਇਹਨਾਂ ਨੂੰ ਬੋਲਣਾ ਚਾਹੁੰਦੇ ਜੇ ਤੁਸੀਂ ਬੋਲ ਸਕਦੇ ਜੇ ਸੀ ਯੂ ਲੇਟਰ, ਕੈਚ ਯੂ ਲੇਟਰ। ਤੇ ਨੈਕਸਟ ਹੈਗਾ ਹੈ ਸਟੇ ਇਨ ਟੱਚ, ਜਾਂ ਫਿਰ ਬੋਲ ਦਿੰਦੇ ਨੇ ਕੀਪ ਇਨ ਟੱਚ। ਸਟੇ ਇਨ ਟੱਚ ਹੁੰਦਾ ਹੈ ਜਦੋਂ ਕਿਸੇ ਨੂੰ ਕਹਿਣਾ ਹੋਵੇ ਕਿ ਮਿਲਦੇ ਗਿਲਦੇ ਰਹਿਣਾ, ਮੀਨਸ ਕੀਪ ਇਨ ਟੱਚ। ਕੀਪ ਇਨ ਟੱਚ ਹੁੰਦਾ ਹੈ ਜਦੋਂ ਤੁਸੀਂ ਇਹਨੂੰ ਕਿੱਦਾਂ ਯੂਜ਼ ਕਰਦੇ ਆ, ਜਿਵੇਂ ਮੰਨ ਲਓ ਤੁਸੀਂ ਤੁਹਾਡੇ ਕੋਲ ਕੋਈ ਤੁਹਾਡਾ ਰਿਸ਼ਤੇਦਾਰ ਆਉਂਦਾ ਹੈ ਤੇ ਉਹ ਜਾਣ ਲੱਗਦਾ ਹੈ ਕਾਫੀ ਦੂਰ ਤੋਂ ਹੁੰਦੇ ਨੇ, ਤਾਂ ਤੁਸੀਂ ਕਹਿੰਦੇ ਠੀਕ ਹੈ ਆਏ ਤਾਂ ਬੜੇ ਟਾਈਮ ਤੋਂ ਬਾਅਦ ਜੇ, ਲੇਕਿਨ ਮਤਲਬ ਮਿਲਦੇ ਜੁਲਦੇ ਰਹਿਣਾ, ਮੀਨਸ ਫੋਨ ਕਰਦੇ ਰਹਿਣਾ ਜਾਂ ਆਉਂਦੇ ਜਾਂਦੇ ਕਿਤੇ ਸਾਡੇ ਕੋਲ ਹੁੰਦੇ ਜਾਣਾ, ਤੇ ਤੁਸੀਂ ਕਹਿ ਦਿੰਦੇ ਜੇ ਕੀਪ ਇਨ ਟੱਚ। ਕੀਪ ਇਨ ਟੱਚ ਮੀਨਸ ਕਿ ਮਿਲਦੇ ਜੁਲਦੇ ਰਹਿਣਾ, ਜਿਵੇਂ ਕਈ ਵਾਰ ਤੁਸੀਂ ਹੋਸਟਲ ਵਿੱਚ ਰਹਿੰਦੇ ਜੇ ਜਾਂ ਫਿਰ ਪੀਜੀ ਵਿੱਚ ਰਹਿੰਦੇ ਜੇ ਤੇ ਉੱਥੇ ਜੋਬ ਕਰ ਰਹੇ ਹੁੰਦੇ ਇਕੱਠੇ, ਲੇਕਿਨ ਬਾਅਦ ਵਿੱਚ ਤੁਸੀਂ ਜੋਬ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਜੇ ਤੇ ਬਾਅਦ ਵਿੱਚ ਮਤਲਬ ਫਰੈਂਡਸ ਥੋੜੇ ਦੂਰ ਚਲੇ ਜਾਂਦੇ ਨੇ, ਲੇਕਿਨ ਅਚਾਨਕ ਤੁਸੀਂ ਉਹਨਾਂ ਨੂੰ ਇਹ ਗੱਲ ਕਹਿਣੀ ਹੋਵੇ ਕਿ ਉਹਨੂੰ ਮਿਲਦੇ ਜੁਲਦੇ ਰਹਿਣਾ, ਤਾਂ ਤੁਸੀਂ ਬੋਲ ਦਿੰਦੇ ਜੇ ਕੀਪ ਇਨ ਟੱਚ, ਕੀਪ ਇਨ ਟੱਚ, ਜਾਂ ਫਿਰ ਬੋਲ ਦਿੰਦੇ ਆ ਸਟੇ ਇਨ ਟੱਚ। ਤੇ ਇਹ ਇੱਕ ਬੜੀ ਵੱਡੀ ਗੱਲ ਵੀ ਹੋ ਜਾਂਦੀ ਹੈ, ਲੇਕਿਨ ਛੋਟੀ ਜਿਹੀ ਗੱਲ ਵੀ ਹੁੰਦੀ ਹੈ, ਜਿਵੇਂ ਤੁਸੀਂ ਮੈਨੂੰ ਮਿਲੇ ਜੇ ਤੇ ਮੈਂ ਤੁਹਾਨੂੰ ਕਿਹਾ ਕਿ ਚਲੋ ਠੀਕ ਹੈ ਹੁਣ ਤੋਂ ਮੈਨੂੰ ਥੋੜੀ ਜਲਦੀ ਹੈ ਲੇਕਿਨ ਥੋੜਾ ਮਿਲਦੇ ਜੁਲਦੇ ਰਹਿਣਾ, ਕੀਪ ਇਨ ਟੱਚ, ਕੀਪ ਇਨ
टच मीन जो भी किसी व्यक्ति को अलग होंगे जे तो ये चीज बोल सकते जी बड़ी कॉमनली बोलती है तो तुम भी इसनों बोलिया करो तो तुम बोलना होंगे है कीप इन टच जिम्मे मेरे न मिले तो मैं बोलिया चलो ठीक है फिर बाद मिलते हैं चलो हूँ थोड़ा मैं कम है या फिर मैं बोलिया कि तुम अजकल कितने रेंदे जी क्योंकि काफी टाइम तो बाद मिले तुम दस मैं तो इतने रहना है मैं चलो ठीक है तो तुम दूर है लेकिन चलो कीप इन टच कीप इन टच मीनस मीन तुम मिलते जुलते रहना तो तुम किसी ने यह कहना हो कह सकते जी कीप इन टच या फिर बोल दें स्टे इन टच ये चंगी तरह प्रैक्टिस कर लेनी है क्योंकि बहुत वधिया लगता है जो किसी को बोलते जी कीप इन टच तो कई बार की होंगे है तुम देखा होगा कि असं किसी इंसान न गल करते हैं या फिर उस मिलते हैं तो जो वो जान लगता है तो सानू लगता है कि इस न मिल के सानू बड़ा वधिया लगा तो पंजाबी आप बोल दें कि तुहानू मिल के बड़ा वधिया लग्या जां फिर बड़ी खुशी हुई तुहाडे नाल गल्लां करके लेकिन जो ये गल आप किसी इंसान को इंग्लिश में बोलनी होंगी है तो आप कह दें नाइस मीटिंग यू की बोलांगे आप नाइस मीटिंग यू तो यह कदों कहना होंगे जो किसी इंसान को कहना है कि तुहानू मिलके बड़ा वधिया लगा तुहाडे नाल गल्लां करके बड़ा वधिया लगा तुहाडे नाल जिहड़ी साडी मीटिंग सी इह बड़ी वधिया रही तो तुसीं कह दिंदे जे नाइस मीटिंग यू सो नेक्स्ट है क्वाइट प्लीज क्वाइट प्लीज जदों तुसीं किसे नूं कहना होवे चुप रहो मीन्स जां फिर बोल दिंदे जे चुप करो तो इंग्लिश विच जदों किसे नूं कहना होवे चुप करो जां फिर चुप रहो तुसीं कह दिंदे जे क्वाइट प्लीज क्वाइट प्लीज सो नेक्स्ट वर्ड है क्वाइट सो क्वाइट सो ये असीं उदों यूज करते हैं जदों किसे नूं कहना होवे कि इहो जिहा ही है मीन्स इहनूं किद्दां यूज करते हैं मान लो जिवें तुहाडा सैलफोन गुआच जांदा है गुम हो जांदा है ते तुसीं सारे नूं दस्सदे जे कि मेरा ना सैलफोन गुम हो गया है ते अचानक एक व्यक्ति तां सैलफोन पिया हुंदा है किसी कोल ते कहिंदा कि ते आप नहीं सैलफोन तुहाडा तुसीं कहिंदे आ नहीं है लेकिन इहो जिहा ही है ते तुसीं कह दिंदे जे क्वाइट सो क्वाइट सो क्वाइट सो हुंदा है जदों तुसीं किसे नूं इह कहना हुंदा है कि हाँ इहो जिहा ही है तो उदों तुसीं कह दिंदे जे क्वाइट सो की कहांगे क्वाइट सो जिवें कोई इंसान तुरिया जा रहा हुंदा है ते एक व्यक्ति तुहानूं कहिंदा है कि इह तुहाडा ब्रदर है नहीं नहीं तुसीं कह कि इह मेरा ब्रदर नहीं है लेकिन मेरा ब्रदर भी इवें दा ही है मीन्स क्वाइट सो मीन्स इहो जिहा ही है लेकिन he is not my brother means quite so तो तुसी कहंदे quite so हुंदा है जदों तुसी कहना होवे कि एहो जेहा ही है तो तुसी बोल दिंदे जे quite so ते जिवें तुसी कई वार देखिया होगा तुसी घर विच बैठे हुंदे जे बिल्कुल फ्री बैठे हुंदे जे लेकिन कोई जान दा किसे प्लान नहीं हुंदा लेकिन अचानक तुहाडे पापा कह दिंदे चलो ऐदां करदे अज ना डलहौजी चलदे आ तो तुसी अचानक उहनां नूं पुछदे जे सच्ची सचमें जां फिर सची मुची ऐदां ही है तो जो तुसी ये गल कहनी हो इंग्लिश में कहना हो आप कह दें रेली की कह दें रेली रेली एक बार फिर तो बोल के देखियो रेली रेली मीन्स सच में इदा ही है जिवें अचानक वह कहें चलो इदा करते हैं चलो अज फ्री बैठे हाँ कि घूम फिरी जाने तो तुसी अचानक कहते जी रेली मीन्स सच में इदा ही है सच में इदा ही है तो तुसी कह दें जी रेली की बोलेंगे आप रेली सो नेक्स्ट सेंटेंस है मैनी हैप्पी रिटर्न्स ऑफ द डे मैनी हैप्पी रिटर्न्स ऑफ द डे ये तुसी कदों कहते हो जदों किसी ने ये गल कहनी होवे कि ये दिन जो तुहाडा है वार वार मुड़ मुड़ के आवे जिवें मान लो किसी का बर्थडे आ जाता है तो तुसी उसनूं बर्थडे विश करते हो तो बाद विच नाल उहनूं कह तां दिंदे जे तुसी कि मतलब जन्मदिन दीआं मुबारक होण कॉन्ग्रेचुलेशंस लेकिन नाल तुसी ये कहना होवे कि खुशी का जो दिन है वार वार तुहाडी लाइफ विच आवे तो तुसी कह दिंदे जे मैनी हैप्पी रिटर्न्स ऑफ द डे की बोलांगे इहनूं मैनी हैप्पी रिटर्न्स ऑफ द डे तो इसलिए तुसी चंगी तरह प्रैक्टिस कर लेनी है बार बार बोल के प्रैक्टिस किवें करनी है वार बार बोल के जिवें मैं तुहानूं बोल के दस रहा हां तुसी भी इहनूं वार बार बोल के दी प्रैक्टिस कर लेनी है तो बोलना है मैनी हैप्पी रिटर्न्स ऑफ द डे मीन्स वार वार ये दिन मुड़ के आवे तो तुसी बोल देंदे जे मैनी हैप्पी रिटर्न्स ऑफ द डे सो नेक्स्ट है जिवें तुसी कई बार देखिया होगा किसी व्यक्ति नूं जॉब मिल जाती है तो तुसी फिर उन्हूं वधाइयां देंदे जे तुसी उन्हूं मुबारकां देंदे जे जां फिर किसी की प्रमोशन हो जाती है तो उसनूं जदों तुसी वधाइयां देनियां हुण तां आपां कह दिंदे आ
कि तुहानू मतलब तुहाडी कामयाबी लई बहुत बहुत ज्यादा वधाइया होण, मुबारकां होण। लेकिन आही चीज जो फिर आप इंग्लिश भी बोलनी होंगी है, लेकिन फिर आप करते हैं, फिर आप सोचते हैं या फिर किसी ना किसी तरीके तो फाइंड आउट करने की कोशिश करते हैं, लेकिन इसनों तुसी की बोलना होंदा है, तुसी बोल देंदे जे कॉन्ग्रेचुलेशंस ऑन योर सक्सेस। की बोलांगे आप इंग्लिश विच? कॉन्ग्रेचुलेशंस ऑन योर सक्सेस। इसनों तुसी वार वार बोल लेना है, जिवें स्क्रीन ते आ रहा है इस स्क्रीन के उपर तुसी इसनों चंगी तरह पढ़ लेना है, तो उस तो बाद विच इसनों वार वार बोल के देखना है। ਜਿਵੇਂ ਹੀ ਕਿਸੇ ਵਿਅਕਤੀ ਨੂੰ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਇਹਨੂੰ ਮਤਲਬ ਇਹਦੇ ਵੱਲ ਵਧਾਈ ਬਣੀ ਹੋਈ ਹੈ, ਜਾਂ ਫਿਰ ਮੰਨ ਲਓ ਕਿ ਇਹਨੂੰ ਮੁਬਾਰਕਾਂ ਦੇਣੀਆਂ ਨੇ, ਜਾਂ ਫਿਰ ਇਹਨੂੰ ਤੁਸੀਂ ਕਹਿਣਾ ਹੋਏ ਕਿ ਤੁਹਾਡੀ ਮਤਲਬ ਤੁਹਾਡੀ ਕਾਮਯਾਬੀ ਲਈ ਤੁਹਾਨੂੰ ਬਹੁਤ ਬਹੁਤ ਜ਼ਿਆਦੀਆਂ ਮੁਬਾਰਕਾਂ, ਤੇ ਤੁਸੀਂ ਬੋਲ ਦਿੰਦੇ ਜੇ ਕਾਂਗਰੈਚੁਲੇਸ਼ਨ ਔਨ ਯੋਰ ਸਕਸੈਸ। ਕੀ ਬੋਲਾਂਗੇ ਆਪਾਂ? ਕਾਂਗਰੈਚੁਲੇਸ਼ਨ ਔਨ ਯੋਰ ਸਕਸੈਸ। ਸੋ ਨੈਕਸਟ ਵਰਡ ਹੈ ਵਟ ਅ ਨੌਨਸੈਂਸ। ਵਟ ਅ ਨੌਨਸੈਂਸ, ਵਟ ਅ ਨੌਨਸੈਂਸ ਤੁਸੀਂ ਕਿਸੇ ਕਿੱਥੇ ਯੂਜ਼ ਕਰਦੇ ਜੀ? ਜਿਵੇਂ ਮੰਨ ਲਓ ਤੁਸੀਂ ਕਈ ਵਾਰੀ, ਕੁਛ ਲੋਕ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫੋਟੋ ਖਿਚਵਾਉਣ ਦਾ ਸ਼ੌਂਕ ਹੁੰਦਾ ਹੈ, ਤੋ ਫੋਟੋਗ੍ਰਾਫੀ ਕਰ ਰਹੇ ਹੁੰਦੇ ਨੇ, ਮਤਲਬ ਫੋਟੋਆਂ ਖਿਚਵਾ ਰਹੇ ਹੁੰਦੇ ਨੇ, ਲੇਕਿਨ ਕੀ ਹੁੰਦਾ ਹੈ ਅਚਾਨਕ ਇੱਕ ਵਿਅਕਤੀ ਕੀ ਕਰਦਾ ਹੈ ਕਿ ਇਨਸਾਨ ਫੋਟੋ ਖਿੱਚਣ ਲੱਗਦਾ ਹੈ, ਵਿੱਚ ਇੱਦਾਂ ਆਣ ਕੇ ਹੱਥ ਮਾਰ ਦਿੰਦਾ ਹੈ, ਬਾਅਦ ਵਿੱਚ ਫਿਰ ਤੁਸੀਂ ਫੋਟੋ ਖਿਚਵਾਉਣ ਲੱਗਦੇ ਜੇ ਬੜੇ ਵਧੀਆ ਤਰੀਕੇ ਨਾਲ ਖੜੇ ਹੁੰਦੇ ਜੇ, ਉਹ ਆਣ ਕੇ ਪਿੱਛੋਂ ਤੁਹਾਨੂੰ ਧੱਕਾ ਮਾਰ ਦਿੰਦਾ ਹੈ, ਮੀਨ ਜਾਂ ਫਿਰ ਕੀ ਕਰਦਾ ਹੈ ਕੈਮਰੇ ਦੇ ਅੱਗੇ ਆਣ ਕੇ ਖੜਾ ਹੋ ਜਾਂਦਾ ਹੈ, ਤੇ ਤੁਸੀਂ ਫਿਰ ਉਹਨੂੰ ਕਹਿੰਦੇ ਜੇ ਮੀਨ ਆਹ ਕੀ ਬੇਹੂਦਗੀ ਹੈ, ਮੀਨਸ ਕੀ ਮਤਲਬ ਇਹ ਕੀ ਮਤਲਬ ਕੀ ਬਕਵਾਸ ਹੈ ਮੀਨਸ ਇਹ ਕੀ ਸਾਬਤਾ ਹੈ ਤੁਹਾਡਾ ਕਿ ਤੁਸੀਂ ਆਪਾਂ ਫੋਟੋ ਖਿਚਵਾ ਰਹੇ ਹਾਂ ਤੁਸੀਂ ਵਿੱਚ ਵਾਰ ਵਾਰ ਆਈ ਜਾ ਰਹੇ ਜੇ ਤੇ ਫਿਰ ਤੁਸੀਂ ਇੰਗਲਿਸ਼ ਵਿੱਚ ਬੋਲਣਾ ਹੋਇਆ ਤੇ ਤੁਸੀਂ ਬੋਲ ਦਿੰਦੇ ਜੇ ਵਟ ਅ
What a shame. What a shame ਹੁੰਦਾ ਹੈ ਜਦੋਂ ਤੁਸੀਂ ਪੰਜਾਬੀ ਵਿੱਚ ਕਿਸੇ ਨੂੰ ਕਹਿੰਦੇ ਕਿੰਨੇ ਸ਼ਰਮ ਦੀ ਗੱਲ ਹੈ। ਤੇ ਜਦੋਂ ਵੀ ਕਿਸੇ ਇਨਸਾਨ ਨੂੰ ਕਹਿਣਾ ਹੋਵੇ ਕਿ ਬੜੀ ਸ਼ਰਮ ਵਾਲੀ ਗੱਲ ਹੈ ਤਾਂ ਤੁਸੀਂ ਕਹਿੰਦੇ What a shame। ਕੀ ਬੋਲਾਂਗੇ ਆਪਾਂ? What a shame। ਮੀਨ ਜਦੋਂ ਤੁਹਾਨੂੰ ਲੱਗ ਰਿਹਾ ਹੋਵੇ ਕਿ ਬਹੁਤ ਹੀ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਤੁਸੀਂ ਬੋਲ ਦਿੰਦੇ ਜੇ What a shame। ਕੀ ਬੋਲਾਂਗੇ ਆਪਾਂ? What a shame। So next ਹੈ What a tragedy। What a tragedy। What a tragedy ਹੁੰਦਾ ਹੈ ਕਿੰਨੇ ਦੁੱਖ ਦੀ ਗੱਲ ਹੈ। ਇਹ ਤੁਹਾਨੂੰ ਜਿੱਥੇ ਵੀ ਫੀਲ ਹੁੰਦਾ ਹੈ ਕਿ ਪੰਜਾਬੀ ਵਿੱਚ ਆਪਾਂ ਕਹਿੰਦੇ ਹਾਂ ਕਿ ਬਈ ਕਿੰਨੇ ਦੁੱਖ ਦੀ ਗੱਲ ਹੈ ਕਿ ਕਿਵੇਂ ਸਾਰਾ ਕੁਛ ਹੋ ਰਿਹਾ ਹੈ, ਤੇ ਤੁਸੀਂ ਪੰਜਾਬੀ ਵਿੱਚ ਕਹਿ ਦਿੰਦੇ ਜੇ ਕਿੰਨੇ ਦੁੱਖ ਦੀ ਗੱਲ ਹੈ। ਇੰਗਲਿਸ਼ ਵਿੱਚ ਕਹਿਣਾ ਹੋਵੇ ਤਾਂ ਆਪਾਂ ਕਹਿ ਦਿੰਦੇ ਹਾਂ What a tragedy। What a tragedy। ਤੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਹੈ, ਜਿੱਥੇ ਤੁਹਾਨੂੰ ਫੀਲ ਹੋਵੇ ਉੱਥੇ ਤੁਸੀਂ ਬੋਲ ਸਕਦੇ ਜੇ। ਤੇ ਕਿੰਨੇ ਦੁੱਖ ਦੀ ਗੱਲ ਹੈ ਤੇ ਆਪਾਂ ਕਹਿ ਦਿੰਦੇ ਹਾਂ What a tragedy। ਲੇਕਿਨ ਜਦੋਂ ਆਪਾਂ ਕਈ ਵਾਰ ਕਹਿਣਾ ਹੋਵੇ ਕਿੰਨੇ ਹੈਰਾਨੀ ਵਾਲੀ ਗੱਲ ਹੈ ਤਾਂ ਤੁਸੀਂ ਕਹਿੰਦੇ What a surprise। What a surprise। ਤੇ ਜਦੋਂ ਤੁਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਤਾਂ ਤੁਸੀਂ ਕਹਿੰਦੇ ਜੇ What a surprise। What a surprise। ਤਾਂ ਇਸ ਵਾਰ ਜਦੋਂ ਤੁਹਾਨੂੰ ਫੀਲ ਹੋਵੇ ਕਿ ਤੁਹਾਨੂੰ ਲੱਗੇ ਕਿ ਨਹੀਂ ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੈ, ਅਚਾਨਕ ਇਹ ਗੱਲ ਹੋ ਗਈ ਹੈ ਤਾਂ ਤੁਸੀਂ ਕਹਿੰਦੇ What a surprise। What a surprise। So next ਹੈ What a pity। What a pity। What a pity ਹੁੰਦਾ ਹੈ ਕਿੰਨੀ ਤਰਸ ਦੀ ਗੱਲ ਹੈ। ਮੀਨਸ ਜਦੋਂ ਤੁਹਾਨੂੰ ਕਿਸੇ ਤੇ ਤਰਸ ਆ ਜਾਂਦਾ ਹੈ, ਤੁਹਾਡੀ ਕਿਸੇ ਦੀ ਗੱਲ ਸੁਣ ਕੇ ਤੁਹਾਨੂੰ ਕਿਸੇ ਤੇ ਤਰਸ ਆ ਜਾਂਦਾ ਹੈ ਤਾਂ ਤੁਸੀਂ ਕਿਸੇ ਨੂੰ ਬੋਲਦੇ ਜੇ ਕਿ ਵੀ ਕਿੰਨੀ ਤਰਸ ਵਾਲੀ ਗੱਲ ਹੈ ਤਾਂ ਤੁਸੀਂ ਬੋਲ ਦਿੰਦੇ ਜੇ What a pity। ਕੀ ਬੋਲ ਦਿੰਦੇ ਜੇ? What a pity। ਜਿਵੇਂ ਤੁਹਾਨੂੰ ਪਤਾ ਹੈ ਕਿ ਲੋਕਡਾਊਨ ਹੋਇਆ ਹੈ, ਲੇਕਿਨ ਲੋਕਡਾਊਨ ਹੋਏ ਵਿੱਚ ਕਈ ਵਾਰੀ ਇਨਸਾਨ ਨੂੰ ਪੁੱਛ ਲੈਂਦੇ ਹਾਂ ਕਿ ਬਈ ਤੁਹਾਡਾ ਗੁਜ਼ਾਰਾ ਕਿਵੇਂ ਚੱਲ ਰਿਹਾ ਹੈ। ਤੇ ਇੱਕ ਇਨਸਾਨ ਬੋਲ ਰਿਹਾ ਸੀ ਕਿ ਮੈਂ ਕੀ ਕੀਤਾ ਸੀ, ਮੈਂ ਤੇ ਆਪਣੇ ਘਰ ਦਾ ਜਿਹੜਾ ਛੱਤ ਵਾਲਾ ਪੱਖਾ ਸੀਗਾ ਉਹ ਲਾ ਕੇ ਵੇਚ ਦਿੱਤਾ ਸੀ, ਥੋੜੇ ਦਿਨ ਮੇਰਾ ਫਿਰ ਗੁਜ਼ਾਰਾ ਚੱਲ ਗਿਆ ਸੀ ਏਦਾਂ। ਤੇ ਇਹੋ ਜਿਹੀ ਗੱਲ ਸੋਚੀਏ ਕਿੰਨੀ ਹੈਰਾਨੀ ਵਾਲੀ ਗੱਲ ਆਉਂਦੀ ਹੈ ਕਿ ਮੀਨਸ ਕਿੰਨੀ ਤਰਸ ਦੀ ਵਾਲੀ ਗੱਲ ਹੈ ਕਿ ਉੱਪਰੋਂ ਤੋਂ ਗਰਮੀਆਂ ਆ ਰਹੀਆਂ ਨੇ ਤੇ ਗਰਮੀਆਂ ਹੋਣ ਦੇ ਬਾਵਜੂਦ ਵੀ ਉਹ ਇਨਸਾਨ ਨੇ ਕੀ ਕੀਤਾ, ਕਿਉਂਕਿ ਉਹਦੇ ਕੋਲ ਹੋਰ ਕੋਈ ਚੀਜ਼ ਹੀ ਨਹੀਂ ਸੀ ਇੰਨੀ ਜੋ ਉਹ ਵੇਚ ਕੇ ਇਹ ਚੀਜ਼ ਨੂੰ ਗੁਜ਼ਾਰਾ ਕਰ ਸਕੇ। ਤਾਂ ਉਸਨੇ ਕੀ ਕੀਤਾ ਕਿ ਉਸਨੇ ਫੈਨ ਨੂੰ ਵੇਚ ਦਿੱਤਾ ਤੇ ਆਪਣੇ ਘਰ ਦਾ ਜਿੰਨਾ ਵੀ ਥੋੜਾ ਬਹੁਤ ਗੁਜ਼ਾਰਾ ਹੋਇਆ ਉਹ ਕਰ ਲਿਆ।
ਇਹ ਗੱਲ ਸੁਣ ਕੇ ਬੜਾ ਮਤਲਬ ਤਰਸ ਜਿਹਾ ਆ ਜਾਂਦਾ ਕਿ ਮੀਨਸ ਕਿਵੇਂ ਦੇ ਹਾਲਾਤ ਹੋ ਗਏ ਸੀ ਲੋਕਾਂ ਦੇ ਤੇ ਤੁਸੀਂ ਬੋਲ ਸਕਦੇ ਜੇ ਵਟ ਅ ਪਿਟੀ ਕੀ ਬੋਲਾਂਗੇ ਵਟ ਅ ਪਿਟੀ ਔਰ ਇਹ ਤਾਂ ਹੋ ਜਾਂਦਾ ਜਦੋਂ ਤੁਸੀਂ ਬੋਲਦੇ ਜੇ ਕਿੰਨੀ ਤਰਸ ਵਾਲੀ ਗੱਲ ਹੈ ਲੇਕਿਨ ਕਈ ਵਾਰੀ ਕੋਈ ਇਨਸਾਨ ਤੁਹਾਨੂੰ ਬੜਾ ਵਧੀਆ ਆਈਡੀਆ ਦੇ ਦਿੰਦਾ ਹੈ ਤੇ ਫਿਰ ਤੁਸੀਂ ਕਹਿ ਦਿੰਦੇ ਜੇ ਕਿ ਬਈ ਇਹ ਤੇ ਬੜਾ ਵਧੀਆ ਆਈਡੀਆ ਹੈ ਤਾਂ ਤੁਸੀਂ ਬੋਲ ਦਿੰਦੇ ਜੇ ਵਟ ਐਨ ਆਈਡੀਆ ਵਟ ਐਨ ਆਈਡੀਆ ਵਟ ਐਨ ਆਈਡੀਆ ਹੁੰਦਾ ਹੈ ਜਦੋਂ ਤੁਸੀਂ ਕਹਿਣਾ ਹੋਏ ਕਿ ਬਈ ਇਹ ਤੇ ਬੜਾ ਵਧੀਆ ਆਈਡੀਆ ਦਿੱਤਾ ਹੈ ਤੁਸੀਂ ਬੋਲ ਸਕਦੇ ਜੇ ਕਿ ਬਈ ਤੁਹਾਡਾ ਆਈਡੀਆ ਬਹੁਤ ਵਧੀਆ ਹੈ ਮੀਨਸ ਬੜਾ ਵਧੀਆ ਆਈਡੀਆ ਦਿੱਤਾ ਹੈ ਤਾਂ ਤੁਸੀਂ ਬੋਲ ਦਿੰਦੇ ਜੇ ਵਟ ਐਨ ਆਈਡੀਆ ਸੋ ਨੈਕਸਟ ਹੈ ਜਦੋਂ ਤੁਸੀਂ ਕਿਸੇ ਦੇ ਵਿਆਹ ਸ਼ਾਦੀਆਂ ਤੇ ਜਾਂਦੇ ਆ ਜਾਂ ਫਿਰ ਕਿਸੇ ਦੇ ਬਰਥਡੇ ਸੈਲੀਬ੍ਰੇਟ ਕਰਦੇ ਆ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਜਾਂ ਫਿਰ ਕਿਸੇ ਨੂੰ ਮੁਬਾਰਕਾਂ ਦਿੰਦੇ ਆ ਵਧਾਈਆਂ ਦਿੰਦੇ ਆ ਤੇ ਇਹ ਤੇ ਆਪਾਂ ਕਹਿੰਦੇ ਵੀ ਵਧਾਈਆਂ ਹੋਣ ਤੁਹਾਨੂੰ ਜਾਂ ਫਿਰ ਮੁਬਾਰਕਾਂ ਹੋਣ ਤੇ ਇੰਗਲਿਸ਼ ਵਿੱਚ ਜਦੋਂ ਆਪਾਂ ਕਿਸੇ ਨੂੰ ਵਧਾਈ ਦਿੰਦੇ ਆ ਜਾਂ ਫਿਰ ਮੁਬਾਰਕਾਂ ਬੋਲਦੇ ਹਾਂ ਤੇ ਆਪਾਂ ਬੋਲ ਦਿੰਦੇ ਆ ਕਾਂਗਰੈਚੁਲੇਸ਼ਨਸ ਕਾਂਗਰੈਚੁਲੇਸ਼ਨਸ ਕੀ ਬੋਲਾਂਗੇ ਆਪਾਂ ਕਾਂਗਰੈਚੁਲੇਸ਼ਨਸ ਤੇ ਜਦੋਂ ਵੀ ਤੁਸੀਂ ਕਿਸੇ ਨੂੰ ਇੰਗਲਿਸ਼ ਵਿੱਚ ਵਧਾਈ ਦੇਣੀ ਹੋਵੇ ਜਾਂ ਫਿਰ ਮੁਬਾਰਕ ਬੋਲਣੀ ਹੋਵੇ ਤਾਂ ਤੁਸੀਂ ਬੋਲ ਸਕਦੇ ਜੇ ਕਾਂਗਰੈਚੁਲੇਸ਼ਨਸ ਕੀ ਬੋਲਾਂਗੇ ਕਾਂਗਰੈਚੁਲੇਸ਼ਨਸ ਕੀ ਬੋਲਾਂਗੇ ਆਪਾਂ ਜਦੋਂ ਤੁਸੀਂ ਕਹਿਣਾ ਹੈ ਕਿ ਤੁਹਾਨੂੰ ਵਧਾਈਆਂ ਹੋਣ ਤਾਂ ਤੁਸੀਂ ਬੋਲ ਦਿੰਦੇ ਜੇ ਕਾਂਗਰੈਚੁਲੇਸ਼ਨਸ ਕੀ ਬੋਲਾਂਗੇ ਕਾਂਗਰੈਚੁਲੇਸ਼ਨਸ ਕੀ ਬੋਲਾਂਗੇ ਕਾਂਗਰੈਚੁਲੇਸ਼ਨਸ ਸੋ ਮੈਂ ਜੋ ਇਹ ਸੈਂਟੈਂਸ ਔਰ ਵਰਡ ਸਿਖਾ ਰਿਹਾ ਹਾਂ ਇਹ ਆਮ ਬੋਲਚਾਲ ਵਿੱਚ ਬੋਲੇ ਜਾਂਦੇ ਹਨ ਲੇਕਿਨ ਸਮਾਜ ਦਾ ਬਹੁਤ ਵੱਡਾ ਹਿੱਸਾ ਇਹ ਚੀਜ਼ਾਂ ਨੂੰ ਆਮ ਬੋਲਚਾਲ ਵਿੱਚ ਨਹੀਂ ਬੋਲ ਪਾਉਂਦਾ ਕਿਉਂਕਿ ਉਹਨਾਂ ਨੂੰ ਇੰਗਲਿਸ਼ ਬੋਲਣ ਵਿੱਚ ਪ੍ਰੋਬਲਮ ਆਉਂਦੀ ਹੈ ਸੋ ਮੈਂ ਚਾਹੁੰਦਾ ਹਾਂ ਕਿ ਹਰ ਇੱਕ ਵਿਅਕਤੀ ਇਸ ਵੀਡੀਓ ਜ਼ਰੀਏ ਇੰਗਲਿਸ਼ ਸਿੱਖ ਕੇ ਬੋਲਣਾ ਸ਼ੁਰੂ ਕਰੇ ਕਿਉਂਕਿ ਹਰ ਕਿਸੇ ਦੀ ਦਿਲ ਦੀ ਇੱਛਾ ਹੁੰਦੀ ਹੈ ਕਿ ਮੈਂ ਵੀ ਇੰਗਲਿਸ਼ ਬੋਲਾਂ ਸੋ ਇਹ ਸਾਰੀ ਵੀਡੀਓ ਬਣਾਉਣ ਦਾ ਮੇਰਾ ਇੱਕ ਹੀ ਮਕਸਦ ਹੈ ਕਿ ਸਾਡੇ ਇੱਥੇ ਆਮ ਜੋ ਲੋਕ ਹਨ ਜਾਂ ਫਿਰ ਆਮ ਜੋ ਵਿਅਕਤੀ ਹੈ ਉਹ ਵੀ ਇੰਗਲਿਸ਼ ਬੋਲ ਸਕੇ ਤੇ ਇਸ ਵੀਡੀਓ ਦੇ ਜ਼ਰੀਏ ਜੇ ਤੁਹਾਨੂੰ ਵਧੀਆ ਲੱਗਾ ਹੈ ਇੰਗਲਿਸ਼ ਸਿੱਖਣ ਵਿੱਚ ਵਧੀਆ ਲੱਗਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਬਾਕੀ ਵੀਡੀਓ ਵੀ ਦੇਖ ਸਕਦੇ ਹੋ ਇਹ ਡਿਸਕ੍ਰਿਪਸ਼ਨ ਵਿੱਚ ਮੈਂ ਤੁਹਾਨੂੰ ਲਿੰਕ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਵੀ ਬਾਕੀ ਵੀਡੀਓ ਦੇਖ ਸਕਦੇ ਜਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਾਅਦ ਵਿੱਚ ਚੈਨਲ ਦੇ ਜ਼ਰੀਏ ਸਾਰੀਆਂ ਵੀਡੀਓਜ਼ ਨੂੰ ਤੁਸੀਂ ਦੇਖ ਸਕਦੇ ਹੋ ਤਾਂ ਕਿ ਆਸਾਨੀ ਨਾਲ ਤੁਸੀਂ ਇੰਗਲਿਸ਼ ਸਿੱਖ ਲਵੋ ਤੇ ਹੁਣ ਤੁਸੀਂ ਕੀ ਕਰਨਾ ਹੈ ਕਿ ਬਾਕੀ ਵੀਡੀਓਜ਼ ਦੇਖ ਕੇ ਇਹ ਵੀਡੀਓ ਦੇਖ ਕੇ ਚੰਗੀ ਤਰ੍ਹਾਂ ਪ੍ਰੈਕਟਿਸ ਕਰ ਲੈਣੀ ਹੈ ਤੇ ਨਵੀਂ ਵੀਡੀਓ ਨਾਲ ਫਿਰ ਤੋਂ ਤੁਹਾਨੂੰ ਮਿਲਦੇ ਹਾਂ ਟਿਲ ਦੈਨ ਬਾਏ।